Hey guys, subscribe and press the bell icon to never miss a video from Gabru. ਸਾਡੇ ਅਫਸਰ ਸਾਹਿਬ ਯਾਨੀ ਕਿ ਤਰਸੇਮ ਜੱਸੜ ਜੋ ਕਿ ਆਉਣ ਵਾਲੀ ਪੰਜਾਬੀ ਫਿਲਮ ਅਫਸਰ ਦੇ ਵਿੱਚ ਕਾਨੂੰ ਗੋਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਉੱਥੇ ਇਸ ਪੰਜਾਬੀ ਫਿਲਮ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ ਦੀ ਪੰਜਾਬੀ ਬਿਊਟੀ ਨਿਮਰਤ ਖਹਿਰਾ ਜੋ ਕਿ ਇਸ ਆਉਣ ਵਾਲੀ ਪੰਜਾਬੀ ਫਿਲਮ ਦੇ ਵਿੱਚ ਇੱਕ ਟੀਚਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਜਿੱਥੇ ਆਪਣੀ ਅਦਾਕਾਰੀ ਅਤੇ ਆਪਣੀ ਕੈਮਿਸਟਰੀ ਦੇ ਨਾਲ ਸਾਨੂੰ ਇਹ ਪੰਜਾਬੀ ਫਿਲਮ ਦੇਖਣ ਦੇ ਲਈ ਹੋਰ ਵੀ ਜ਼ਿਆਦਾ ਐਕਸਾਈਟਿਡ ਕੀਤਾ ਹੈ ਉੱਥੇ ਇਸ ਅੱਗ ਦੇ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ ਇਸ ਪੰਜਾਬੀ ਫਿਲਮ ਦੇ ਰਿਲੀਜ਼ ਹੋ ਚੁੱਕੇ 4 ਗਾਣੇ ਸੁਣ ਸੁਣੀਏ ਕਾਨੂਗੋ ਉਦਾਰ ਚੱਲਦਾ ਤੇ ਇਸ਼ਕ ਜਿਹਾ ਹੋ ਗਿਆ ਨੇ ਇਹਨਾਂ ਗਾਣਿਆਂ ਦੇ ਵਿੱਚ ਜਿੱਥੇ ਸਾਨੂੰ ਰੋਮਾਂਸ ਭੰਗੜਾ ਅਤੇ ਕਾਮੇਡੀ ਭਰਪੂਰ ਵੇਖਣ ਨੂੰ ਮਿਲੀ ਉੱਥੇ ਹੀ ਹਾਲ ਹੀ ਦੇ ਵਿੱਚ ਇਸ ਫਿਲਮ ਦਾ 5ਵਾਂ ਗਾਣਾ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਟਾਈਟਲ ਹੈ ਖੀਨ ਖਾਬ ਅਤੇ ਇਸ ਗਾਣੇ ਦੇ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਆਪਣੀ ਭੰਗੜਾ ਪਰਫਾਰਮੈਂਸ ਦੇ ਨਾਲ ਹੋਰ ਵੀ 4 ਚੰਦ ਲਾ ਦਿੱਤੇ ਨੇ ਇਹਨਾਂ ਹੀ ਨਹੀਂ ਇਸ ਗਾਣੇ ਦੇ ਵਿੱਚ ਜਿੱਥੇ ਤਰਸੇਮ ਜੱਸੜ ਨੇ ਨਿਮਰਤ ਖਹਿਰਾ ਦੇ ਖੀਨ ਦੇ ਸੂਟਾਂ ਦੀ ਤਾਰੀਫ ਕੀਤੀ ਹੈ ਉੱਥੇ ਉਹਨਾਂ ਨੇ ਆਪਣੀ ਸਰਦਾਰੀ ਨੂੰ ਵੀ ਪਿੱਛੇ ਨਹੀਂ ਛੱਡਿਆ ਤੁਸੀਂ ਚੈੱਕ ਕਰੋ ਇਸ ਪੰਜਾਬੀ ਗਾਣੇ ਦੇ ਇਹ ਸਕਰੀਨਸ਼ਾਟਸ ਇਸ ਭੰਗੜਾ ਨੰਬਰ ਨੂੰ ਜਿੱਥੇ ਤਰਸੇਮ ਜੱਸੜ ਜੀ ਨੇ ਗਾਇਆ ਹੈ ਉੱਥੇ ਉਹਨਾਂ ਨੇ ਇਸ ਗਾਣੇ ਨੂੰ ਖੁਦ ਲਿਖਿਆ ਹੈ ਅਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਆਰ ਗੁਰੂ ਨੇ ਗੁਲਸ਼ਨ ਸਿੰਘ ਜੀ ਵੱਲੋਂ ਡਾਇਰੈਕਟ ਕੀਤੀ ਗਈ ਇਹ ਪੰਜਾਬੀ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਆਪਣੀ ਕੈਮਿਸਟਰੀ ਅਤੇ ਆਪਣੀ ਜੋੜੀ ਦੇ ਨਾਲ ਸਾਨੂੰ ਥੋੜ੍ਹੇ ਜਿਹੇ ਰਿਲੇਸ਼ਨਸ਼ਿਪ ਐਂਡ ਰੋਮਾਂਟਿਕ ਵਾਈਬਸ ਦਿੱਤੀਆਂ ਨੇ ਉੱਥੇ ਇਸ ਪੰਜਾਬੀ ਫਿਲਮ ਦੇ ਵਿੱਚ ਵੀ ਸਾਨੂੰ ਇਹ ਕੁਝ ਦੇਖਣ ਨੂੰ ਮਿਲੇਗਾ ਸੋ ਫਰੈਂਡਸ ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਤਰਸੇਮ ਜੱਸੜ ਐਂਡ ਨਿਮਰਤ ਖਹਿਰਾ ਦੇ ਆਏ ਨਵੇਂ ਗਾਣੇ ਕੀਨ ਖਾਬ ਬਾਰੇ ਨਾਲ ਹੀ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਇਹ ਦੱਸੋ ਕਿ ਤੁਸੀਂ ਕਿੰਨਾ ਕੁ ਈਗਰਲੀ ਵੇਟ ਕਰ ਰਹੇ ਹੋ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੂੰ ਫੋਰ ਦਾ ਫਸਟ ਟਾਈਮ ਸਿਲਵਰ ਸਕਰੀਨ 'ਤੇ ਵੇਖਣ ਦੇ ਲਈ ਅਤੇ ਅਜਿਹੇ ਇੰਟਰਸਟਿੰਗ ਨਿਊਜ਼ ਦੇ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ ਅਤੇ ਅਜਿਹੇ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਅਤੇ ਹੁਣ ਤੁਸੀਂ ਗਬਰੂ ਟੀਵੀ ਲਾਈਵ ਨੂੰ ਆਪਣੇ ਆਈਫੋਨਸ 'ਤੇ ਵੀ ਦੇਖ ਸਕਦੇ ਹੋ ਉਸ ਦੇ ਲਈ ਤੁਸੀਂ ਆਪਣੇ ਐਪਲੀਕੇਸ਼ਨ ਸਟੋਰ ਦੇ ਵਿੱਚ ਜਾ ਕੇ ਸਾਡੀ ਗਬਰੂ ਐਪ ਨੂੰ ਜ਼ਰੂਰ ਡਾਊਨਲੋਡ ਕਰੋ gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਜ